ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਪੰਜਾਬ ਮਿਲ ਯੂਐਸਾ ਟੀਵੀ ਮੈਂ ਸੁਖਦੀਪ ਕੌਰ ਸੰਧੂ ਲੈ ਕੇ ਹਾਜ਼ਰ ਆਂ ਜੀ ਤੁਹਾਡਾ ਸਾਰਿਆਂ ਦਾ ਫੇਵਰਿਟ ਪ੍ਰੋਗਰਾਮ ਹੈ ਫਿਲਮੀ ਜੰਕਸ਼ਨ ਤੇ ਫਿਲਮੀ ਜੰਕਸ਼ਨ ਦੇ ਵਿੱਚ ਅਸੀਂ ਕਿਹੜੀਆਂ ਗੱਲਾਂ ਕਰਦੇ ਆਂ ਹਰ ਵਾਰ ਦੀ ਤਰ੍ਹਾਂ ਉਹੀ ਗੱਲਬਾਤ ਕਰਦੇ ਆਂ ਉਹੀ ਅਪਡੇਟਸ ਸ਼ੇਅਰ ਕਰਦੇ ਆਂ ਜਿਨ੍ਹਾਂ ਅਪਡੇਟਸ ਦੀ ਤੁਹਾਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਤੁਸੀਂ ਬਹੁਤ ਲੰਬੀ ਵੇਟ ਕਰਦੇ ਹੋ ਜਿਨ੍ਹਾਂ ਦੇ ਵਾਸਤੇ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਬਾਲੀਵੁੱਡ ਦਾ ਵੀ ਪਤਾ ਹੋਵੇ ਮੈਨੂੰ ਬਾਲੀਵੁੱਡ ਦਾ ਵੀ ਪਤਾ ਹੋਵੇ ਮੇਰਾ ਫੇਵਰਿਟ ਐਕਟਰ ਜਾਂ ਐਕਟ੍ਰੈਸ ਉਹ ਹੈ ਉਹਦੇ ਬਾਰੇ ਮ ਲਾਈਫ ਦੇ ਵਿੱਚ ਕੀ ਚੱਲਦਾ ਹੈ ਉਹ ਸਾਰੀਆਂ ਅਪਡੇਟਸ ਅੱਜ ਅਸੀਂ ਸ਼ੇਅਰ ਕਰਾਂਗੇ ਇਸ ਪ੍ਰੋਗਰਾਮ ਦੇ ਜ਼ਰੀਏ ਸੋ ਕੋਵਿਡ ਦੇ ਕਰਕੇ ਬਹੁਤ ਸਾਰਿਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੇ ਬਾਲੀਵੁੱਡ ਦੀ ਗੱਲ ਕਰ ਲਈਏ ਤਾਂ ਬਾਲੀਵੁੱਡ ਦੇ ਵੀ ਬਹੁਤ ਸਾਰੇ ਕੰਮ ਰੁਕ ਗਏ ਜੇ ਬਾਲੀਵੁੱਡ ਦੀ ਗੱਲ ਕਰ ਲਈਏ ਤਾਂ ਬਾਲੀਵੁੱਡ ਦੇ ਵੀ ਬਹੁਤ ਸਾਰੇ ਸ਼ੂਟ ਰੁਕ ਗਏ ਬਹੁਤ ਸਾਰੀਆਂ ਰਿਲੀਜ਼ਿੰਗ ਡੇਟਸ ਜਿਹੜੀਆਂ ਇੱਕ ਜਗ੍ਹਾ ਤੇ ਠੱਪ ਹੋ ਗਈਆਂ ਜੀ ਹਾਂ ਕੋਵਿਡ ਨੇ ਬਹੁਤ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਜੇ ਗੱਲ ਕਰ ਲਈਏ ਤਾਂ ਕੋਰੋਨਾ ਦੀ ਚਪੇੜ ਦੇ ਵਿੱਚ ਕਿਹੜੇ ਕਿਹੜੇ ਐਕਟਰ ਐਕਟ੍ਰੈਸਸ ਜਾਂ ਫਿਰ ਕਿਹੜੇ ਕਿਹੜੇ ਪਰਸਨ ਇਸ ਦੀ ਚਪੇੜ ਤੇ ਵਿੱਚ ਆਏ ਸਨ ਉਹਨਾਂ ਦੇ ਵਿੱਚ ਅਮੀਰ ਖਾਨ, ਰਣਵੀਰ ਕਪੂਰ, ਸੰਜਲੀਲਾ ਬੰਸਾਲੀ, ਨਿਕੀਤੰਬੋਲੀ, ਕਾਰਤਿਕ ਆਰਿਆਨ ਤੇ ਹੋਰ ਵੀ ਜਿਹੜੇ ਐਕਟਰ ਜਾਂ ਐਕਟ੍ਰੈਸ ਨੇ ਕਈ ਲਿਸਟ ਬੜੀ ਲੰਬੀ ਹੈ ਜੋ ਕਈਆਂ ਦੇ ਨਾਮ ਮੈਂ ਅਜੇ ਨਹੀਂ ਵੀ ਬੋਲੇ ਸੋ ਉਹਨਾਂ ਸਾਰਿਆਂ ਨੇ ਹੋਮ ਕਰੈਂਟੇਨ ਕੀਤਾ ਹੋਇਆ ਜੇ ਬਿਲਕੁਲ ਹੋਮ ਕਰੈਂਟੇਨ ਇੱਕ ਬਹੁਤ ਹੀ ਵਧੀਆ ਇਲਾਜ ਹੈ ਜੀ ਆਪਣੇ ਆਪ ਨੂੰ ਅਲੱਗ ਕਰ ਲੈਣਾ ਉਹਨਾਂ ਨੇ ਇਹੀ ਕੀਤਾ ਹੈ ਤੇ ਸੁਲਮਾਨ ਨੇ ਕੀ ਕੀਤਾ ਹੈ ਜੀ ਉਹ ਤੇ ਆਪਣੀ ਫਿਲਮ ਦੇ ਸ਼ੂਟਸ ਦੇ ਵਿੱਚ ਬਹੁਤ ਜ਼ਿਆਦਾ ਬੀਜ਼ੀ ਨੇ ਕਿਹੜੇ ਕਿਹੜੇ ਫਿਲਮਸ ਨੇ ਟਾਈਗਰ ਜਿੰਦਾ ਹੈ ਤੇ ਰਾਧੇ ਜੀ ਰਾਧੇ ਤੇ ਟਾਈਗਰ ਜਿੰਦਾ ਜਿਹੜੇ ਉਹਦੇ ਸ਼ੂਟ ਤੋਂ ਬਾਅਦ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਇੱਕ ਪਿਕਚਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਜੀ ਕੈਪਸ਼ਨ ਦੇ ਵਿੱਚ ਟੁਕ ਮਾਈ ਫਰਸਟ ਡੋਸ ਆਫ ਵੈਕਸਨ ਟੂਡੇ ਸੋ ਉਹਨਾਂ ਦੇ ਇਸ ਕੈਪਸ਼ਨ ਤੋਂ ਬਾਅਦ ਇਸ ਇੰਸਟਾਗ੍ਰam ਤੇ ਅਪਡੇਟ ਤੋਂ ਬਾਅਦ ਉਹਨਾਂ ਦੇ ਫੈਨਸ ਨੇ ਟ੍ਰੋਲ ਵੀ ਕੀਤਾ ਹੈ ਕੀ ਟ੍ਰੋਲ ਕੀਤਾ ਹੈ ਜੀ ਆਓ ਦੇਖਦੇ ਹਾਂ ਕੋਵਿਡ-19 ਦੇ ਕਰਕੇ ਬਹੁਤ ਸਾਰੀਆਂ ਫਿਲਮਾਂ ਜੜੀਆਂ ਰੁਕ ਗਈਆਂ ਪਰ ਜੇ ਗੱਲ ਕਰੀਏ ਲਾਸਟ ਇਅਰ ਦੀ ਤਾਂ ਲਾਸਟ ਇਅਰ ਲਾਸਟ ਫਿਲਮ ਜਿਹੜੀ ਰਿਲੀਜ਼ ਹੋਈ ਸੀ ਚਾਲ ਮੇਰਾ ਪੁੱਤ 2 13 ਮਾਰਚ 2020 ਦੇ ਵਿੱਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਕੋਈ ਫਿਲਮ ਰਿਲੀਜ਼ ਨਹੀਂ ਹੋਈ ਕੋਵਿਡ ਦੇ ਕਰਕੇ ਲਾਕਡਾਊਨ ਲੱਗ ਗਿਆ ਤੇ ਲਾਕਡਾਊਨ ਦੇ ਵਿੱਚ ਸਾਰਾ ਕੰਮ ਠੱਪ ਹੋ ਗਿਆ ਜੀ ਬਿਲਕੁਲ ਹੁਣ ਬਹੁਤ ਸਾਰੀਆਂ ਫਿਲਮਾਂ ਦੇ ਸ਼ੂਟ ਚੱਲ ਰਹੇ ਨੇ ਜਿਨ੍ਹਾਂ ਦੇ ਸ਼ੂਟ ਕੰਪਲੀਟ ਹੋ ਗਏ ਨੇ ਉਹਨਾਂ ਦੀਆਂ ਰਿਲੀਜ਼ਿੰਗ ਡੇਟਸ ਜਿਹੜੀਆਂ ਨੇ ਉਹ ਨਿਕਲ ਆਈਆਂ ਨੇ ਜੀ ਬਿਲਕੁਲ ਅਨਾਉਂਸ ਕਰ ਦਿੱਤੀਆਂ ਗਈਆਂ ਨੇ ਰਿਲੀਜ਼ਿੰਗ ਡੇਟਸ ਤੇ ਰਿਲੀਜ਼ਿੰਗ ਡੇਟਸ ਅਨਾਉਂਸ ਕਰਦੇ ਕਰਦੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਪਰਦੇ ਤੇ ਦਿਖਾਈ ਦੇਣ ਵਾਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫਿਲਮ ਆ ਰਹੀ ਹੈ ਜੀ ਜੱਟ ਬ੍ਰਦਰਸ ਜੱਟ ਬ੍ਰਦਰ ਫਿਲਮ ਜਿਨ੍ਹਾਂ ਨੇ ਅੜਬ ਮੁਟਿਆਰਾਂ ਤੇ ਸਿਕੰਦਰ 2 ਵਰਗੀਆਂ ਫਿਲਮਾਂ ਬਣਾਈਆਂ ਉਹੀ ਡਾਇਰੈਕਟਰ ਇਸ ਫਿਲਮ ਨੂੰ ਕਰ ਰਹੇ ਨੇ ਡਾਇਰੈਕਟ ਜਾਨੀ ਕੇ ਮਾਨਵ ਸ਼ਾ ਜੀ ਇਸ ਫਿਲਮ ਦੀ ਜੇ ਗੱਲ ਕਰ ਲਈਏ ਤਾਂ ਇਸ ਫਿਲਮ ਦੇ ਵਿੱਚ ਲੀਡ ਤੇ ਰੋਲ ਕਰ ਰਹੇ ਨੇ ਜੀ ਗੁਰੀ ਤੇ ਜਸਮਾਨਕ ਜੇਕਰ ਗੱਲ ਕਰ ਲਈਏ ਫੀਮੇਲ ਲੀਡ ਤੇ ਕੌਣ ਕੰਮ ਕਰ ਰਹੇ ਨੇ ਫੀਮੇਲ ਲੀਡ ਤੇ ਕਰ ਰਏ ਨੇ ਨਕੀਤ ਢਿੱਲੋਂ ਤੇ ਉਹਨਾਂ ਦੇ ਨਾਲ ਹੋਣਗੇ ਜੀ ਪ੍ਰੇੰਕਾ ਖਹਿਰਾ ਪ੍ਰੇੰਕ ਖੇਰਾ ਦਾ ਇਸ ਫਿਲਮ ਦੇ ਵਿੱਚ ਡੈਬਿਊ ਹੀ ਕਰ ਰਹੇ ਨੇ ਜੇ ਗੱਲ ਕਰ ਲਈਏ ਨਕੀਤ ਢਿੱਲੋਂ ਦੀ ਤਾਂ ਨਕੀਤ ਢਿੱਲੋਂ ਤੇ ਨਾਲ ਉਹਨਾਂ ਦੇ ਗੁਰੇ ਚੋਨੀ ਉਹ ਬਿਲਕੁਲ ਦੋਨੋਂ ਪਹਿਲਾਂ ਕੰਮ ਕਰ ਚੁੱਕੇ ਨੇ ਮਾਨਵ ਸ਼ਾਹ ਜੀ ਦੇ ਨਾਲ ਫਿਲਮ ਸਕੰਦਰ 2 ਦ ਵਿੱਚ ਸੋ ਉਹਨਾਂ ਦੇ ਵਾਸਤੇ ਡੈਬਿਊ ਫਿਲਮ ਨਹੀਂ ਹੈ ਉਹ ਪਹਿਲਾਂ ਹੀ ਡੈਬਿਊ ਕਰ ਚੁੱਕੇ ਨੇ ਸੋ ਇਸ ਫਿਲਮ ਦੇ ਵਿੱਚ ਡੈਬਿਊ ਕਰ ਰਹੇ ਨੇ ਜਸਮਾਨਤ ਤੇ ਪ੍ਰੇੰਕ ਖੇਰਾ ਸੋ ਇਸ ਫਿਲਮ ਨੂ ਪ੍ਰੋਡਿਊਸ ਕਰ ਰਹੀ ਨੇ ਗੀਤ ਅੰਪੀ 3 ਤੇ ਓਮ ਜੀ ਸਟਾਰ ਸਟੂਡੀਓ ਜੇ ਗੱਲ ਕਰ ਲਈਏ ਵਰਲਡਵਾਈਡ ਦੀ ਤਾਂ ਵਰਲਡਵਾਈਡ ਇਸ ਫਿਲਮ ਨੂੰ ਰਿਲੀਜ਼ ਕਰਨਗੇ ਮਨੀਸ਼ ਸਾਨੀ ਜੀ ਰਿਲੀਜ਼ਿੰਗ ਡੇਟ ਦੀ ਗੱਲ ਕਰਦੇ ਆ ਤਾਂ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹੈ 9th ਜੁਲਾਈ 2020 02020 ਦੇ ਵਿੱਚ ਇਹ ਫਿਲਮ ਆ ਰਹੀ ਹੈ ਜੀ 9 ਜੁਲਾਈ ਨੂੰ ਦਸਤਕ ਦੇएगी ਸਾਰੇ ਥੀਏਟਰ ਦੇ ਵਿੱਚ ਟੀਜ਼ਰ ਤੇ ਪੋਸਟਰ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ ਸੋ ਆਪ ਦੇਖਦੇ ਆ ਇਸ ਫਿਲਮ ਦਾ ਟੀਜ਼ਰ ਜੇ ਅਸੀਂ ਗੱਲ ਕਰ ਲਈਏ ਫਿਲਮ ਬਲੈਕ ਹੀ ਆਦੀ ਰੁਪਿੰਦਰ ਗਾਂਧੀ ਦੀ ਰੁਪਿੰਦਰ ਗਾਂਧੀ 2 ਦੀ ਆਫਰ ਗੱਲ ਕਰ ਲਈਏ ਡਾਕੂਆਂ ਦੇ ਮੁੰਡੇ ਦੀ ਤੇ ਦੇਵ ਖਰੋੜ ਹੀ ਸਾਨੂੰ ਦਿਖਦੇ ਨੇ ਜਦੋਂ ਦੇਵ ਖਰੋੜ ਦੀ ਐਕਟਿੰਗ ਨੂੰ ਅਸੀਂ ਦੇਖਦੇ ਆ ਤੇ ਦਿਲ ਕਰਦਾ ਹੈ ਕਿ ਇਹਦਾ ਪਾਰਟ 2 ਕਿਉਂ ਨਹੀਂ ਆਉਂਦਾ ਜੋ ਬਿਲਕੁਲ ਆਉਣ ਵਾਲਾ ਹੈ ਪਾਰਟ 2 ਡਾਕੂਆਂ ਦਾ ਮੁੰਡਾ 2 ਫਿਲਮ ਜੋ ਹੈ ਬਿਲਕੁਲ ਉਸ ਦੀ ਸ਼ੂਟਿੰਗ ਕੰਪਲੀਟ ਹੋ ਗਈ ਹੈ ਤੇ ਉਸ ਦੀ ਰਿਲੀਜ਼ਿੰਗ ਡੇਟਸ ਦੀਆਂ ਜਿਹੜੀਆਂ ਅਨਾਉਂਸਮੈਂਟਸ ਨੇ ਉਹ ਵੀ ਹੋਣ ਜਾ ਰਹੀਆਂ ਨੇ ਬਿਲਕੁਲ ਦੇਵ ਖਰੋੜ ਜੀ ਡਾਕੂਆਂ ਦਾ ਮੁੰਡਾ 2 ਦੇ ਵਿੱਚ ਕੰਮ ਕਰਨ ਜਾ ਰਹੇ ਨੇ ਦੇ ਨਾਲ ਲੀਡ ਤੇ ਹੋਣਗੇ ਜਪਜੀ ਖੈਰਾ ਡਾਕੂਆਂ ਦਾ ਮੁੰਡੇ ਦੀ ਜੇ ਗੱਲ ਕਰ ਲਈਏ ਤਾਂ ਇਹ ਸਟੋਰੀ ਸੀ ਮਿੰਟੂ ਗੁਰਸਰੀਆ ਦੀ ਲਾਈਫ ਦੇ ਉੱਤੇ ਬੇਸਡ ਮਿੰਟੂ ਗੁਰਸਰੀਆ ਜੋ ਕਿ ਗੈਂਗਸਟਰ ਤੋਂ ਚੰਗੇ ਲੇਖਕ ਬਣ ਗਏ ਜੋ ਡਾਕੂਆਂ ਦਾ ਮੁੰਡਾ ਟੂ ਆ ਰਹੀ ਹੈ ਉਹ ਹੈ ਜੀ ਬੇਸਡ ਮੰਗਾ ਸਿੰਘ ਅੰਤਾਲ ਦੇ ਮੰਗਾ ਸਿੰਘ ਅੰਤਾਲ ਜੋ ਕਿ ਬਹੁਤ ਜ਼ਿਆਦਾ ਨਸ਼ੇ ਵਿੱਚ ਧਸ ਚੁੱਕੇ ਸੀ ਪਰ ਹੁਣ ਉਹ ਇੱਕ ਚੰਗੀ ਨੌਕਰੀ ਯਾਨੀ ਕਿ ਸਰਕਾਰੀ ਨੌਕਰੀ ਹਾਸਲ ਕਰ ਚੁੱਕੇ ਨੇ ਇਸ ਫਿਲਮ ਦੇ ਵਿੱਚ ਸਾਨੂੰ ਨਿਸ਼ਾਨ ਪੁੱਲਰ ਰਾਜ ਸਿੰਘ ਝਿੰਜਰ ਤੇ ਹੋਰ ਵੀ ਬਹੁਤ ਸਾਰੇ ਸਟਾਰ ਜਿਹੜੇ ਨੇ ਉਹ ਨਜ਼ਰ ਆਉਣਗੇ ਜੇ ਗੱਲ ਕਰ ਲਈਏ ਫਰਮ ਦੀ ਡਾਇਰੈਕਸ਼ਨ ਦੀ ਤਾਂ ਡਾਇਰੈਕਸ਼ਨ ਕੀਤੀ ਹੈ ਮਨਦੀਪ ਬਾਨੇਪਾਲ ਨੇ ਬਿਲਕੁਲ ਇਹ ਫਿਲਮ ਆ ਰਹੀ ਹੈ ਜੇ 23 ਜੁਲਾਈ ਨੂੰ ਥੀਏਟਰ ਦੇ ਵਿੱਚ ਯਾਨੀ ਕਿ ਥੀਏਟਰ ਦੇ ਵਿੱਚ ਦੱਸ ਦਿੱਤੇਗੀ 23 ਜੁਲਾਈ ਨੂੰ ਸੋ ਇਸ ਸਾਲ ਫਿਲਮ ਆ ਰਹੀ ਹੈ ਸੋ ਇਸ ਫਿਲਮ ਦੇ ਵਿੱਚ ਜਪਜੀਖੇਰਾ ਹੋਣਗੇ ਲੀਡ ਤੇ ਲੀਡ ਤੇ ਜਪਜੀਖੇਰਾ ਦਾ ਕੰਮ ਕਿਵੇਂ ਦਾ ਹੋਏਗਾ ਇਹ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਜੇ ਗੱਲ ਕਰ ਲਈਏ ਤਾਂ ਮੰਗਾ ਸਿੰਘ ਅੰਤਾਲ ਨੇ ਇਹ ਖੁਦ ਫਿਲਮ ਲਿਖੀ ਹੈ ਕਿਉਂਕਿ ਇਹ ਆਟੋ ਬਾਇਓਗ੍ਰਾਫੀ ਬੇਸਡ ਫਿਲਮ ਹੈ ਜੋ ਉਹਨਾਂ ਨੇ ਆਪਣੇ ਹੱਥੀ ਲਿਖੀ ਹੋਈ ਹੈ ਇਸ ਫਿਲਮ ਦੇ ਪ੍ਰੋਡਿਊਸਰ ਨੇ ਰਵਨੀਤ ਕੌਰ ਚਾਹਲ आशु मनीष सानी राजेश कुमार जिस सॉन्ग दी मैं अपडेट शेयर ਕਰਨ ਜਾ ਰਹੀਆਂ ਉਹ ਉਸ ਗਾਇਕ ਦਾ Song ਹੈ ਉਸ ਸਿੰਗਰ ਦਾ Song ਹੈ ਜਿਸ ਨੇ ਆਪਣੇ ਪਹਿਲੇ ਗੀਤ ਦੇ ਨਾਲ ਹੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਯਾਨੀ ਕਿ ਉਸ ਦਾ ਪਹਿਲਾ ਗੀਤ ਜਦੋਂ ਆਇਆ ਤਾਂ ਉਹਦੇ ਨਾਲ ਵੱਡਿਆਂ ਵੱਡਿਆਂ ਨੂੰ ਪਿੱਛੇ ਛੱਡ ਦਿੱਤਾ ਸੋ ਉਸ ਛੋਟੀ ਜਿਹੀ ਫੈਮਲੀ ਤੋਂ ਉੱਠ ਕੇ ਇੰਡਸਟਰੀ ਦੇ ਵਿੱਚ ਖੜਾ ਹੋਇਆ ਉਹ ਸਿੰਗਰ ਜਿਸ ਦਾ ਨਾਮ ਹੈ ਕਾਕਾ ਹੁਣ ਉਹਨਾਂ ਦਾ ਨੈਕਸਟ ਗੀਤ ਆ ਰਿਹਾ ਹੈ ਜਿਸ ਦਾ ਨਾਮ ਹੈ ਨਿਸ਼ਾਨ ਹੋਰ ਵੀ ਬਹੁਤ ਸਾਰੇ ਗੀਤ ਜਿਹੜੇ ਉਹਨਾਂ ਦੇ ਆਏ ਪਰ ਉਹਨਾਂ ਦੇ ਸਾਰੇ ਸੌਂਗਸ ਦੇ ਵਿੱਚੋਂ ਗੀਤ ਕਹਿ ਲੈਣ ਦੇ ਸਾਰਿਆਂ ਦੇ ਜ਼ਹਿਨ ਦੇ ਵਿੱਚ ਬੈਠਾ ਹੋਇਆ ਜਦੋਂ ਵੀ ਕਾਕਾ ਜੀ ਦਾ ਨਾਮ ਆਉਂਦਾ ਹੈ ਤਾਂ ਇੱਕੋ ਹੀ ਗੀਤ ਦਿਮਾਗ ਦੇ ਵਿੱਚ ਆਉਂਦਾ ਹੈ ਕਹਿ ਲੈਣ ਦੇ ਅੱਛਾ ਉਹ ਸਿੰਗਰ ਜਿਸ ਦਾ ਗੀਤ ਹੈ ਕਹਿ ਲੈਣ ਦੇ ਬਿਲਕੁਲ ਹੁਣ ਇੱਕ ਹੋਰ ਗੀਤ ਉਹਨਾਂ ਦਾ ਆ ਰਿਹਾ ਜਿਸ ਦਾ ਨਾਮ ਹੈ ਨਿਸ਼ਾਨ ਸੋ ਨਿਸ਼ਾਨ ਗੀਤ ਨੂੰ ਮਿਊਜ਼ਿਕ ਦੇ ਰਹੇ ਨੇ ਯੰਗਸਟਰ ਪੌਪ ਬாய் ਸੋ ਇਸ ਗੀਤ ਦੇ ਸਿੰਗਰ ਰਾਈਟਰ ਸਟੋਰੀ ਮੇਕਰ ਨੇ ਕਾਕਾ ਇਸ ਗੀਤ ਦੀ ਰਿਲੀਜ਼ਿੰਗ ਡੇਟ ਹੈ 2 April 2021 ਜੇ ਗੱਲ ਕਰ ਲਈਏ ਸੇ ਇਸ ਦੇ ਵਿੱਚ ਫੀਮੇਲ ਫੀਚਰਿੰਗ ਕੌਣ ਗਾ ਰਿਹਾ ਜੀ ਬਿਲਕੁਲ ਨੀਹਾ ਮਲਿਕ ਇਸ ਗੀਤ ਦੇ ਵਿੱਚ ਕਾਕਾ ਜੀ ਦੇ ਆਪੋਜ਼ਿਟ ਤੇ ਫੀਚਰਿੰਗ ਕਰਨਗੇ ਸੋ ਲੈਟਸ ਆਲ ਦੀ ਅਗਲੀ ਅਪਡੇਟ ਦੇ ਵਾਲ ਬਿਲਕੁਲ ਜੀ ਆ ਰਹੀ ਹੈ KGF 2 KGF 2 ਨੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇਹੋ ਜਿਹੀ ਖਲਬਲੀ ਮਚਾਈ ਹੋਈ ਹੈ ਕਿ KGF 2 ਕਦੋਂ ਨਹੀਂ ਆਉਂਦੀ ਕਿਉਂਕਿ ਫਿਲਮ ਦੇ ਪਹਿਲੇ ਪਾਰਟ ਨੇ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦਾ ਇੰਟਰਟੇਨ ਕੀਤਾ ਜਦੋਂ KGF ਦਾ ਪਹਿਲਾ ਪਾਰਟ ਆਇਆ ਤਾਂ ਸ਼ਾਹਰੂਖ ਖਾਨ ਦੀ ਜ਼ੀਰੋ ਫਿਲਮ ਤੇ ਬਾਹੂਬਲੀ ਵਰਗੀਆਂ ਫਿਲਮਾਂ ਨੂੰ ਕਰਾਰੀ ਮਾਤ ਮਿਲੀ ਸੋ ਜੇ ਗੱਲ ਕਰ ਲਈਏ KGF 3 ਤਾਂ KGF ਨੂੰ ਬਹੁਤ ਸਾਰੀ ਲੈਂਗੁਏਜ ਦੇ ਵਿੱਚ ਡੱਬ ਕਰਕੇ ਰਿਲੀਜ਼ ਕੀਤਾ ਗਿਆ ਜੇ ਇਸ ਸਾਲ ਦੀਆਂ ਕੁਝ ਫਿਲਮਾਂ ਦੀ ਸੀਕੁਐਂਸ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲੇ ਨੰਬਰ ਤੇ ਹੈ KGF 2 ਨੰਬਰ 2 ਤੇ ਹੋਏਗੀ ਗੋਲਮਾਲ 5 ਤੇ ਨੰਬਰ 3 ਤੇ ਹੋਏਗੀ ਸਤਿਅਮੇਵ ਜATE ਨੰਬਰ 4 ਦੀ ਗੱਲ ਕਰੀਏ ਤਾਂ ਟ੍ਰਿਪਲ R ਨੰਬਰ 5 ਤੇ ਹੋਏਗੀ ਫਿਲਮ ਬਰਮਾਸਟਰ KGF ਦੇ ਟੀਜ਼ਰ ਦੀ ਜੇ ਗੱਲ ਕਰ ਲਈਏ ਤਾਂ KGF ਦਾ ਟੀਜ਼ਰ ਜਨਵਰੀ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਸੀ ਜਦੋਂ ਰਿਲੀਜ਼ ਕੀਤਾ ਗਿਆ ਟੀਜ਼ਰ ਤਾਂ ਇਸ ਟੀਜ਼ਰ ਨੂੰ 17 ਕਰੋੜ ਲੋਕਾਂ ਨੇ ਦੇਖਿਆ ਯਾਨੀ ਕਿ ਜੇ 10 ਸਤਾਰਾ ਕਰੋੜ ਲੋਕਾਂ ਨੇ ਟੀਜ਼ਰ ਦੇਖਿਆ ਹੈ ਤਾਂ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਇਸ ਫਿਲਮ ਦਾ ਬਿਲਕੁਲ ਇਹ ਫਿਲਮ ਆ ਰਹੀ ਹੈ ਜੀ 16 ਜੁਲਾਈ ਨੂੰ 16 ਜੁਲਾਈ ਨੂੰ ਫਿਲਮ ਆਏਗੀ ਤੇ ਕੀ ਰਿਐਕਸ਼ਨ ਹੋਏਗਾ ਦਰਸ਼ਕਾਂ ਦਾ ਇਹ ਤਾਂ ਫਿਲਮ ਦੇਖ ਕੇ ਪਤਾ ਚੱਲੇਗਾ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਣਗੇ ਸੰਜੇ ਦੱਤ ਰਵਿਨਾ ਟੰਡਰ ਸ਼੍ਰੀ ਨੀਦੇ ਸ਼ੇਠੀ ਤੇ ਹੋਰ ਹੀ ਬਹੁਤ ਸਾਰੇ ਸਟਾਰਸ ਜਿਨ੍ਹਾਂ ਦੇ ਨਾਲ ਇਹ ਫਿਲਮ ਸਜੇ ਹੋਏਗੀ ਕੋਵਿਡ ਦੇ ਕਰਕੇ ਬਹੁਤ ਸਾਰੀਆਂ ਫਿਲਮਾਂ ਦੀ ਰਿਲੀਜ਼ਿੰਗ ਡੇਟ ਥੱਪ ਹੋ ਗਈ ਯਾਨੀ ਕਿ ਅੱਗੇ ਵੱਧ ਗਈ ਜਾਂ ਫਿਰ ਪੋਸਟਬੋਰਨ ਕਹਿ ਸਕਦੇ ਹੋਗੀ ਬੰਟੀ ਔਰ ਬਬਲੀ ਫਿਲਮ ਦੀ ਰਿਲੀਜ਼ਿੰਗ ਡੇਟ ਅੱਗੇ ਵਧੀ ਹੈ ਸੋ ਇੱਕ ਹੋਰ ਫਿਲਮ ਹੈ ਜਿਸ ਦੀ ਰਿਲੀਜ਼ਿੰਗ ਡੇਟ ਅੱਗੇ ਵਧਨ ਦੇ ਖੱਸ਼ੇ ਚੜਨੇ ਉਪਾਦਾ ਹੋ ਰਹੇ ਨੇ ਅਕਸ਼ੇਸ ਟੈਨਸ਼ਨ ਦੇ ਵਿੱਚ ਨੇ ਕਿ ਉਹਨਾਂ ਦੀ ਫਿਲਮ ਸੂਰਜ ਵੰਸ਼ੀ ਦੇ ਮੇਕਰਸ ਵੀ ਪਲਾਨ ਕਰ ਰਹੇ ਨੇ ਕਿ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਸੋ ਇਸ ਫਿਲਮ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਰੋਹਿਤ ਸ਼ੇਠੀ ਨੇ ਵੈਸੇ ਇਸ ਫਿਲਮ ਦੀ ਜੋ ਡੇਟ ਫਿਕਸ ਕੀਤੀ ਗਈ ਸੀ ਤਾਂ 3 ਅਪ੍ਰੈਲ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਜੇ ਗੱਲ ਕਰ ਲਈ ਤੇ ਇਸ ਫਿਲਮ ਦੇ ਵਿੱਚ ਹੋਣਗੇ ਅਕਸ਼ੇ ਕੁਮਾਰ, ਕੈटरीना कैफ, ਅਰਨਵੀਰ ਸਿੰਘ ਤੇ ਹੋਰ ਨਾਲ ਹੋਣਗੇ ਅਜੇ ਤੇ ਉਕਾਨ ਸੋ ਮਲਟੀ ਸਟਾਰ ਫਿਲਮ ਦੇ ਵਿੱਚ ਕਿਵੇਂ ਦਾ ਸੀਨ ਹੋਏਗਾ, ਕਿਵੇਂ ਦੇ ਰੋਲ ਹੋਣਗੇ, ਕਿਵੇਂ ਦੀ ਅਦਾਕਾਰੀ ਹੋਏਗੀ ਇਹ ਤਾਂ ਪਤਾ ਚੱਲੇਗਾ ਰਿਲੀਜ਼ਿੰਗ ਡੇਟ ਤੋਂ ਬਾਅਦ। 에ਸਨ ਸਾਡੀਆਂ ਅੱਜ ਦੀਆਂ ਅਪਡੇਟਸ ਹੋਰ ਬਹੁਤ ਸਾਰੀਆਂ ਅਪਡੇਟਸ ਦੇਖਣ ਦੇ ਵਾਸਤੇ ਤੁਸੀਂ ਦੇਖਦੇ ਰਹੋ ਪੰਜਾਬ ਮੀਲ ਯੂਐਸਸੀ ਟੀਵੀ ਸਤਿ ਸ਼੍ਰੀ ਅਕਾਲ